चलो वो तो हुण मेरे तो की पुछदे हो तुसी सरकार तो पुछो मैडम लॉ एंड ऑर्डर देख के लॉ एंड ऑर्डर देखा जावे ता पंजाब दे बहुत बहुत बुरा हाल है सिक्योरिटी बहाल करती सी हाई कोर्ट ने हां जी सिक्योरिटी तो हो गई तुसी सिक्योरिटी छड्डो लॉ एंड ऑर्डर बहुत बुरा है थां थां असले पए ने असला इन्ना कभी आया ही नहीं पंजाब च जिन्ना हुण हैगा ਤਾਂ ਇਹਦੇ ਉੱਤੇ ਹੋਰ ਠੱਲ ਪਾਈ ਜਾ ਰਹੇ ਨੇ ਪਰ ਜਿਹੜੀ ਅਸਲੀ ਜੜ ਹੈ ਉਸ ਦੇ ਉੱਤੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਹੋਈ ਤੁਹਾਡੀ ਮਾਈ ਸਾਹਿਬ ਨਾਲ ਨਹੀਂ ਡਾਕਟਰ ਸਾਹਿਬ ਨਾਲ ਪੁੱਛਣਾ ਨਹੀਂ ਤੇ ਸ਼ਿਫਟ ਕਰਨ ਦਾ ਵੀ ਹੈ ਗੱਲ ਦਾ ਸ਼ਿਫਟ ਕੀਤਾ ਜਾ ਰਿਹਾ ਇਹ ਮੈਂ ਗੱਲ ਪੁੱਛੀ ਨਹੀਂ ਸੱਚੀ ਜਿਹੜੀ ਗੱਲ ਹੈ ਮੈਂ ਤਾਂ ਉਹਨਾਂ ਦੇ ਕੋਲ ਨਾ ਪ੍ਰਾਈਵੇਟਲੀ ਥੋੜਾ ਜਿਹਾ ਬੈਠ ਕੇ ਉਹ ਆਪਣੀ ਆਪਣਾ ਦੁੱਖ ਜ਼ਾਹਰ ਕਰ ਰਹੇ ਨੇ ਮੈਡਮ ਤਬੀਅਤ ਕਿਸ ਤਰ੍ਹਾਂ ਹੈ ਉਹਨਾਂ ਦੀ ਵੈਸੇ ਤਬੀਅਤ ਉਹਨਾਂ ਦੀ ਮੈਨੂੰ ਠੀਕ ਨਹੀਂ ਲੱਗਦੀ ਜੀ ਬਹੁਤ ਕਮਜ਼ੋਰੀ ਆਈ ਹੋਈ ਹੈ और मन दुख दे नाल भरिया माता जी भी ना लेके खबर आ रही देखो ये पीएलसी का जरा जवाब है एक तो पीएलसी के स्पोक्सपर्सन है ये महाराज साहब देंगे जिस दिन वो मर्जर करेंगे वो आप दसेंगे और आई एम विद द कांग्रेस एट द मोमेंट हम पार्टी के उत्ते है उन्होंने मर्जी मैं एक इलेक्टेड एमपी हैगी है मैं अपनी फैमिली ना पूरी टाइम पूरी करी थी देखो जिन्नी देर मेरे को ताकत हैगी है जिन्ना ने मेनू इलेक्ट किया ਉਹਨਾਂ ਦਾ ਮੈਂ ਪੂਰਾ ਜੋ ਵੀ ਮੈਂ ਕਰ ਸਕਦੀ ਮੈਂ ਕਰੂੰਗੀ ਮੇਰਾ ਫਰਜ਼ ਬਣਦਾ ਹੈ ਮੈਡਮ 19 ਤਰੀਕ ਨੂੰ ਕਿਹਾ ਜਾ ਰਿਹਾ ਕਿ ਜਿਹੜਾ ਪੀਐਲਸੀ ਦੇ ਵਿੱਚ ਜਾਣਾ ਹੈ ਅਨਾਉਂਸਮੈਂਟ ਤਾਂ ਜਿਹੜੀ ਠੀਕ ਹੈ ਇੰਟਰਨਲ ਹੋ ਗਈ ਆ ਹਾਂਜੀ ਇੰਟਰਨਲ ਜਿਹੜੀ ਅਨਾਉਂਸਮੈਂਟ ਜਿਹੜੀ ਹੋ ਸਕਦੀ ਹੈ ਚਲੋ ਉਹ ਜਦ ਅਫੀਸ਼ੀਅਲ ਅਨਾਉਂਸਮੈਂਟ ਕਰਨਗੇ ਤੁਹਾਨੂੰ ਪਤਾ ਹੋ ਜਾਊਗਾ ਪਰ ਆਈ ਥਿੰਕ ਪ੍ਰਿਤਪਾਲ ਜੀ ਦੱਸ ਸਕਣਗੇ ਪ੍ਰਿਤਪਾਲ ਜੀ ਮੈਡਮ ਇਹ ਜਿਹੜਾ ਐਮਐਲਏ ਨਾ ਹੋ ਜੇ ਫਿਰ